ਚੰਨ ਉੱਤੇ ਮੌਜੂਦ ਭਾਰਤ ਦੇ ਚੰਦਰਯਾਨ 3 ਨੇ ਕੁਝ ਅਜਿਹੀ ਚੀਜ਼ ਮਹਿਸੂਸ ਕੀਤੀ ਹੈ ਜਿਸ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਚੰਨ ਦੇ ਦੱਖਣੀ ਧੁਰੇ ਉੱਤੇ ਮੌਜੂਦ ਚੰਦਰਯਾਨ 3 ਲਗਾਤਾਰ ਉੱਥੋਂ ਕੁਝ ਨਾ ਕੁਝ ਜਾਣਕਾਰੀਆਂ ਭੇਜ ਰਿਹਾ ਜਿਸ ਨੂੰ ਇਸਰੋ ਸਾਡੇ ਤੱਕ ਪਹੁੰਚਾ ਰਿਹਾ। 31 ਅਗਸਤ ਨੂੰ ਇਸਰੋ ਨੇ ਦੱਸਿਆ ਕਿ ਚੰਦਰਯਾਨ 3 ਦੇ ਲੈਂਡਰ ਵਿਕਰਮ ਉੱਤੇ ਲੱਗੇ ਪੇਲੋਡ ਇੰਸਟਰੂਮੈਂਟ ਫਾਰ ਦਾ ਲੂਨਰ ਸਿਸਮਿਕ ਐਕਟੀਵਿਟੀ ਯਾਨੀ ਕਿ ILSA ਨੇ ਚੰਨ ਦੀ ਸਤਹ ਉੱਤੇ ਭੂਚਾਲ ਵਰਗੀ ਕੁਦਰਤੀ ਘਟਨਾ ਨੂੰ ਰਿਕਾਰਡ ਕੀਤਾ। ਇਸਰੋ ਨੇ ਦੱਸਿਆ ਕਿ ਇਹ ਭੂਚਾਲ 26 ਅਗਸਤ ਨੂੰ ਆਇਆ ਸੀ ਅਤੇ ਇਸ ਭੂਚਾਲ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਇਸਰੋ ਨੇ ਇਹ ਵੀ ਦੱਸਿਆ ਕਿ ILSA ਪੇਲੋਡ ਮਾਈਕਰੋ ਇਲੈਕਟ੍ਰੋ ਮਕੈਨੀਕਲ ਸਿਸਟਮ ਯਾਨੀ MEMS ਟੈਕਨੋਲੋਜੀ ਉੱਤੇ ਆਧਾਰਿਤ ਹੈ। ਇਹ ਪਹਿਲੀ ਵਾਰ ਹੈ ਜਦੋਂ ਚੰਨ ਦੀ ਸਤਹ ਉੱਤੇ ਅਜਿਹਾ ਇੰਸਟਰੂਮੈਂਟ ਭੇਜਿਆ ਗਿਆ। ਰੋਵਰ ਪ੍ਰਗਿਆਨ ਅਤੇ ਦੂਜੇ ਪੇਲੋਡ ਦੇ ਚੱਲਣ ਨਾਲ ਚੰਨ ਉੱਤੇ ਹੋਣ ਵਾਲੀ ਵਾਈਬ੍ਰੇਸ਼ਨ ਨੂੰ ਇਸ ਇੰਸਟਰੂਮੈਂਟ ਨੇ ਰਿਕਾਰਡ ਕੀਤਾ। ਇਸਰੋ ਨੇ ਇਸ ਦੇ ਨਾਲ ਹੀ 2 ਗ੍ਰਾਫਿਕ ਇਮੇਜ ਵੀ ਸ਼ੇਅਰ ਕੀਤੀਆਂ ਨੇ ਜਿਸ ਵਿੱਚੋਂ ਇੱਕ ਗ੍ਰਾਫ 25 ਅਗਸਤ ਹੈ। ਇਸ ਵਿੱਚ ਰੋਵਰ ਦੇ ਚੱਲਣ ਦੇ ਦੌਰਾਨ ਹੋਈ ਵਾਈਬ੍ਰੇਸ਼ਨ ਨੂੰ ਰਿਕਾਰਡ ਕੀਤਾ ਗਿਆ ਅਤੇ ਦੂਜਾ ਗ੍ਰਾਫ 26 ਅਗਸਤ ਹੈ ਜਿਸ ਵਿੱਚ ਕੁਝ ਕੁਦਰਤੀ ਘਟਨਾਵਾਂ ਦਰਜ ਹੋਈਆਂ ਨੇ। ਚੰਦਰਯਾਨ 3 ਦੇ ਹੁਣ ਤੱਕ ਦੇ ਕੰਮ ਬਾਰੇ ਜਦੋਂ ਇਸਰੋ ਦੇ ਮੁਖੀ ਐਸ ਸੋਮਨਾਥ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਭ ਕੁਝ ਬਿਲਕੁਲ ਠੀਕ ਤਰੀਕੇ ਦੇ ਨਾਲ ਹੋ ਰਿਹਾ। Chandrayaan 3 updates are, we are regularly posting in our website and other social media, so you are getting to know most of that. So there is nothing more I need to add now, everything is working fine. So we are waiting for the day to end now, until almost science data is coming through very well. Everything is working very healthy and we are hopeful that by the end of the 14 days, our mission will be successfully completed. Thank you.